ਗੁਣ ਗਾਵਾਂ ਰਿਕਾਰਡ ਪੇਸ਼ ਕਰਦੇ ਹਨ। ਸੰਤ ਬਾਬਾ ਜੋਗਾ ਸਿੰਘ ਸਾਹਿਬ ਜੀ ਦੀਆਂ ਅਸੀਸਾਂ ਦਾ ਸਦਕਾ ਵੀਰ ਸੁਰਿੰਦਰ ਸਿੰਘ ਜੀ ਸ਼ੇਰਗਿੱਲ ਝੰਡੇਰਿਆਂ ਵਾਲਿਆਂ ਦਾ ਲਿਖਿਆ ਹੋਇਆ ਨਗਮਾ, ਗੋਲਡ ਮੈਡਲਿਸਟ ਢਾਡੀ ਫੌਜਾ ਸਿੰਘ ਫਕੀਰ, ਜਰਨੈਲ ਸਿੰਘ ਹੀਰਾ, ਸੁੱਚਾ ਸਿੰਘ ਸੋਢੀ, ਤਰੰਗੀ ਵਾਦਕ ਮੁਖਤਿਆਰ ਸਿੰਘ ਮੀਤ ਲੁਧਿਆਣੇ ਵਾਲਿਆਂ ਦਾ ਢਾਡੀ ਜਥਾ ਪੇਸ਼ ਕਰਨ ਜਾ ਰਿਹਾ। ਲੰਡਨ ਦੇ ਕੈਕਸਨ ਹਾਲ ਦੇ ਵਿੱਚ 1919 ਦੀ ਵਾਰਤਾ, ਜੋ ਕਿ ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਸਾਂਕਾ ਵਰਤਿਆ। ਜਲਿਆਂ ਵਾਲੇ ਬਾਗ ਦੇ ਵਿੱਚ ਲਾਸ਼ਾਂ ਦੇ ਢੇਰ ਲੱਗ ਗਏ, 21 ਸਾਲ ਗੁਜ਼ਰ ਗਏ। ਅੱਜ ਲੰਡਨ ਦੇ ਕੈਕਸਨ ਹਾਲ ਦੇ ਵਿੱਚ ਗੋਰਿਆਂ ਨੇ ਆਪੋ ਆਪਣੇ ਭਾਸ਼ਣ ਦਿੱਤੇ। ਵਾਰੀ ਆਈ ਜਨਰਲ ਅਡਵਾਇਰ ਦੀ, ਉਹਨੇ ਰੱਜ ਕੇ ਹਿੰਦੁਸਤਾਨੀਆਂ ਬਾਬਤ ਜ਼ਹਿਰ ਉਗਲਿਆ, ਹਿੰਦੁਸਤਾਨ ਦੇ ਲੋਕਾਂ ਨੂੰ ਕੁੱਤੇ ਦੱਸਿਆ। ਹਿੰਦੁਸਤਾਨ ਦੇ ਲੋਕ ਆਜ਼ਾਦੀ ਮੰਗਦੇ ਨੇ ਪਰ ਮੈਂ ਭੁੱਲ ਦਿੱਤੇ। ਸੁਣਦੇ ਸਾਰ ਸਰਦਾਰ ਦੇ ਫਰਕੇ ਡੋਲੇ, ਸਰਦਾਰ ਊਧਮ ਸਿੰਘ ਉੱਠ ਕੇ ਖੜਾ ਹੋਇਆ। ਉਹਨੇ ਸਾਹਮਣੇ ਜਾ ਕੇ ਆਖਿਆ, ਐ ਗੋਰਿਆ, ਓਏ ਭਾਰਤ ਦਿਆ ਵੈਰੀਆ, ਅਜੇ ਭਾਰਤੀ ਜਿਉਂਦੇ ਨੇ, ਮੈਂ ਉਸੇ ਕਾਂਡ ਦਾ ਬਦਲਾ ਲੈਣ ਵਾਸਤੇ ਆਇਆ। ਸਰਦਾਰ ਦੇ ਫਰਕੇ ਡੋਲੇ, ਅੱਖਾਂ ਕਣਕੇ ਲਾਲ, ਟੁੱਕੇ ਬੁੱਲ, ਕਰੀਚੇ ਦੰਦ, ਪਾਈਆਂ ਮੱਥੇ ਤਿਉੜੀਆਂ, ਪਿਸਟਲ ਦੇ ਵਿੱਚੋਂ 3 ਗੋਲੀਆਂ, ਕਾਰ 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 ਕਰਕੇ ਜਨਰਲ ਦੀ ਛਾਤੀ ਦੇ ਵਿੱਚ ਠੋਕ ਕੇ 14 ਅਪ੍ਰੈਲ 1940 ਨੂੰ ਸਰਦਾਰ ਨੇ ਬਦਲਾ ਇੰਜ ਲੈ ਲਿਆ। ਚੱਲੀ ਗੋਲੀ ਕੱਦ ਚੱਲਿਆ ਵਾਲੇ ਬਾਗ ਵਿੱਚ ਸੀ ਚੱਲੀ ਗੋਲੀ।